ਹੈਲੋ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਟਿਵ ਚੈਨਲ 'ਤੇ ਤੁਹਾਡਾ ਸਵਾਗਤ ਹੈ ਹਲਵਾ ਬਣਾਨੇ ਆ ਜੀ ਬਿਲਕੁਲ ਸਿੰਪਲ ਸੌਖੇ ਤਰੀਕੇ ਦੇ ਨਾਲ ਬਹੁਤ ਹੀ ਟੇਸਟੀ ਹਲਵਾ ਜਿਹੜਾ ਤਿਆਰ ਕਰਦੇ ਆਪਾਂ ਇੱਕ ਆਪਾਂ ਸਗਲਾ ਲਿਆ ਇੱਕ ਕੌਲੀ ਜਿਹੜੀ ਚੀਨੀ ਦੀ ਪਾ ਲਈਆ ਉਹੀ ਚਾਰ ਕੌਲੀਆਂ ਆਪਾਂ ਪਾਣੀ ਦੀਆ ਪਾ ਦੇਣੀਆ ਕੌਲੀ ਗਲਾਸ ਕੱਪ ਜਿਹੜਾ ਵੀ ਇੱਕ ਬਰਦਨ ਲੈਣਾ ਇੱਕ ਤੁਸੀਂ ਨਾਪ ਲੈ ਲਓ ਚਾਰ ਕੌਲੀਆਂ ਆਪਾਂ ਪਾਣੀ ਦੀਆ ਪਾ ਲਈਆਂ ਤੇ ਇਹਨੂੰ ਆਪਾਂ ਰੱਖ ਦਿੰਨੇ ਆ ਰਿਜਣ ਵਾਸਤੇ ਉੱਭਣ ਵਾਸਤੇ ਇਹਨੂੰ ਆਪਾਂ ਚਾਸ਼ਣੀ ਨੂੰ ਬਣਾਉਣਾ ਚੰਗੀ ਤਰ੍ਹਾਂ ਉਬਾਲੀ ਦਵਾਣੀ ਆ ਕੜਾਹੀ ਰੱਖ ਲਈ ਕਟਛੀ ਇੱਕ ਭਰ ਕੇ ਆਪਾਂ ਦੇਸੀ ਘਿਓ ਪਾਤਾ ਜਿਹੜੀ ਕੌਲੀ ਆਪਾਂ ਚੀਨੀ ਦੀ ਪਾਈ ਉਹ ਹੀ ਇੱਕ ਕੌਲੀ ਆਪਾਂ ਸੂਜੀ ਦੀ ਪਾ ਲਈਆ ਘੱਟ ਸੇਕ ਦੇ ਉੱਤੇ ਇਹਨੂੰ ਆਪਾਂ ਸੂਜੀ ਨੂੰ ਭੁੰਨਣਾ ਇਹਨੂੰ ਬਿਲਕੁਲ ਵੀ ਇਹਦਾ ਆਪਾਂ ਕਲਰ ਚੇਂਜ ਨਹੀਂ ਹੋਣ ਦੇਣਾ ਹੈਗਾ ਸੂਜੀ ਨੂੰ ਕੱਚੀ ਵੀ ਨਹੀਂ ਰੱਖਣਾ ਤੇ ਕਲਰ ਵੀ ਨਹੀਂ ਚੇਂਜ ਹੋਣ ਦੇਣਾ ਤੇ ਵੀਡੀਓ ਨੂੰ ਸਕਿੱਪ ਨਾ ਕਰਿਓ ਜੀ ਵੀਡੀਓ ਨੂੰ ਪੂਰੀ ਦੇਖਿਓ ਤੇ ਵੀਡੀਓ ਨੂੰ ਮੈਂ ਪਹਿਲੇ ਬਿਲਕੁਲ ਛੋਟੀ ਰੱਖਦੀ ਹੁੰਨੀ ਬਿਲਕੁਲ ਸਿੰਪਲ ਤਰੀਕੇ ਨਾਲ ਬਣਾਉਣੀ ਹੁੰਨੀ ਆ ਤੇ ਸੇਕ ਮੈਂ ਤੁਹਾਨੂੰ ਦਿਖਾ ਦਿੱਤਾ ਬਿਲਕੁਲ ਘੱਟ ਆ ਬਸ ਇੰਨੇ ਸੇਕ ਦੇ ਉੱਪਰ ਆਪਾਂ ਜਿਹੜੀ ਸੂਜੀ ਨੂੰ ਭੁੰਨਣਾ ਆ ਇਹਦੇ ਵਿੱਚ ਕਿਉਂ ਥੋੜਾ ਜ਼ਿਆਦਾ ਪੈਂਦਾ ਜਦੋਂ ਆਪਾਂ ਘੱਟ ਸੇਕ ਦੇ ਉੱਤੇ ਸੂਜੀ ਨੂੰ ਭੁੰਨਦੇ ਆ ਨਾ ਤੇ ਕਿਉਂ ਆਪਾਂ ਥੋੜਾ ਜ਼ਿਆਦਾ ਪਾਇਆ ਤੇ ਦੇਖੋ ਸੂਜੀ ਦੇ ਵਿੱਚ ਜਿਹੜਾ ਕਿਹੋ ਆ ਅਲੱਗ ਹੋਣ ਲੱਗ ਗਿਆ ਆ ਸੂਜੀ ਆਪਣੀ ਤਕਰੀਬਨ ਭੁੱਜ ਗਈ ਆ ਤੇ બસ ਆਪਾਂ ਜਿਹੜਾ ਕਲਰ ਇਹਦਾ ਚੇਂਜ ਨਹੀਂ ਹੋਣ ਦੇਣਾ ਐਦਾਂ ਇੱਕ ਵਾਰੀ ਹਲਵਾ ਬਣਾ ਕੇ ਦੇਖੋ ਦਾਣੇਦਾਰ ਤੇ ਵਾਈਟ ਰੰਗ ਦਾ ਐਨ ਜਿੱਦਾਂ ਆਪਾਂ ਗੁਰਦੁਆਰੇ ਦੇ ਵਿੱਚ ਖਾਂਦੇ ਆ ਨਾ ਵਾਈਟ ਬਿਲਕੁਲ ਹਲਵਾ ਬਿਲਕੁਲ ਲਾਲ ਨਹੀਂ ਹੋਇਆ ਹੁੰਦਾ ਕਾਲਾ ਨਹੀਂ ਹੋਇਆ ਹੁੰਦਾ ਤੇ ਦੇਖੋ ਸੂਜੀ ਆਪਣੀ ਪੁੱਜ ਗਈ ਆ ਤੇ ਘਿਓ ਆਪਣਾ ਅਲੱਗ ਹੋ ਗਿਆ ਹੁਣ ਤੇ 스멜 ਬਹੁਤ ਆਉਂਦੀ ਆ ਆਪਾਂ ਨੂੰ ਤੇ ਜਿਹੜਾ ਆਪਾਂ ਚੀਨੀ ਤੇ ਪਾਣੀ ਉਵਾਲਿਆ ਸੀ ਚਾਸ਼ਨੀ ਬਣਾਈ ਸੀ ਉਹ ਆਪਾਂ ਪਾਤੀ ਤੇ ਥੋੜੇ ਆਪਾਂ ਡਰਾਈ ਫਰੂਟ ਕੱਟਿਓ ਪਹਿਲਾਂ ਆਪਾਂ ਇਹਨੂੰ ਰਲਾ ਲੈਣੇ ਆਂ ਬਦਾਮ ਕਾਜੂ ਮਾਗਜ ਥੋੜਾ ਨਾਰੀਅਲ ਤੇ ਦਾਖਾਂ ਤੇ ਸਾਰੀ ਚੀਜ਼ ਆਪਾਂ ਜਿਹੜੀ ਇਹ ਦੇਖੋ ਸਾਰੇ ਡਰਾਈ ਫਰੂਟ ਮਿਕਸ ਕਰ ਲਿਆ ਸੀ ਮੈਂ ਬਰੀਕ ਬਰੀਕ ਕੱਟ ਲਏ ਆ ਤੇ ਇਹਨਾਂ ਨੂੰ ਆਪਾਂ ਐਦੇ ਪਾਤਾ ਮੈਂ ਚਾਸ਼ਨੀ ਵਿੱਚ ਇਹਨਾਂ ਨੂੰ ਉਬਾਲਿਆ ਨੀਗਾ ਤੇ ਪਹਿਲਾਂ ਆਪਾਂ ਚਾਸ਼ਨੀ ਪਾਤੀ ਤੇ ਐਦੇ ਆਪਾਂ ਪਾਤੇ ਆ ਤੇ ਹੁਣ ਵੀ ਆਪਾਂ ਇਹਨੂੰ ਘੱਟ ਸੇਕ ਦੇ ਉੱਤੇ ਪਕਾਉਣਾ 19 ਦੇਰ ਚ ਜਿਹੜੇ ਆਪਣੇ ਡਰਾਈ ਫਰੂਟ ਆ ਫੁੱਲ ਜਾਂਦੇ ਆ ਕਿਉਂਕਿ ਸੂਜੀ ਵੀ ਗਰਮ ਆ ਚਾਸ਼ਨੀ ਵੀ ਗਰਮ ਆ ਤੇ ਇਹਨਾਂ ਫੁੱਲ ਦੇਖੋ ਬਿਲਕੁਲ ਹਲਵੇ ਰੰਗ ਨਹੀਂ ਬਦਲਿਆ ਵਾਈਟ ਆ ਇਹਨਾਂ ਰੰਗ ਚਿੱਟਾ ਆ ਤੇ ਸੂਜੀ ਆਪਣੀ ਇਹਨ ਪੱਕੀ ਹੋਏ ਵੀ ਨਹੀਂ ਕੱਚੀ ਨਹੀਂ ਹੈਗੀ ਦਾਣੇਦਾਰ ਹਲਵਾ ਆਪਣਾ ਜਿਹੜਾ ਬਣੂਗਾ ਇਹਨ ਵਧੀਆ ਜਰੂਰ ਟਰਾਈ ਕਰਿਓ ਇੱਕ ਵਾਰੀ ਐਦਾ ਜੇ ਆਪਾਂ ਜ਼ਿਆਦਾ ਸੇਕ ਕਰਕੇ ਸੂਜੀ ਨੂੰ ਭੁੰਨਦੇ ਆ ਸੂਜੀ ਆਪਣੀ ਜ਼ਿਆਦਾ ਲਾਲ ਹੋ ਜਾਂਦੀ ਕਾਲੀ ਹੋ ਜਾਂਦੀ ਤੇ ਹਲਵਾ ਆਪਣਾ ਕੱਚਾ ਰਹਿ ਜਾਂਦਾ ਇੰਨਾ ਕੁ ਘਿਓ ਆਪਾਂ ਦੇਖੋ ਹਲਕਾ ਜਿਹਾ ਚਮਚਾ ਇੱਕ ਘਿਓ ਦਾ ਮੈਂ ਜਦੋਂ ਆਪਣਾ ਹਲਵਾ ਤਿਆਰ ਹੋ ਗਿਆ ਤਾਂ ਪਾ ਦਿੱਤਾ ਆ ਇਹਨੂੰ ਮਿਕਸ ਕਰਦੇ ਇਹਦੇ ਨਾਲ ਹਲਵੇ ਦੀ ਜਿਹੜੀ ਸ਼ਾਈਨਿੰਗ ਬਹੁਤ ਵਧੀਆ ਆ ਜਾਂਦੀ ਆ ਇਸ ਕਰਕੇ ਆਪਾਂ ਜਿਹੜਾ ਐਮੀ ਅੱਧਾ ਕ ਚਮਚਾ ਘਿਓ ਦਾ ਪਾਇਆ ਇਹ ਨਾਲ ਬਹੁਤ ਵਧੀਆ ਹਲਵੇ ਤੇ ਸ਼ਾਈਨਿੰਗ ਆ ਜਾਂਦੀ ਆ ਬਹੁਤ ਸੋਹਣਾ ਲੱਗਦਾ ਦੇਖਣ ਨੂੰ ਇਹ ਤੇ ਦੇਖੋ ਜੀ ਆਪਣਾ ਹਲਵਾ ਜਿਹੜਾ ਤਿਆਰ ਹੋ ਗਿਆ ਆ ਤੇ ਜ਼ਰੂਰ ਟਰਾਈ ਕਰਿਓ ਮੇਰੇ ਤਰੀਕੇ ਦੇ ਨਾਲ ਤੁਸੀਂ ਹਲਵਾ ਜਿਹੜਾ ਆ ਦੇਖੋ ਐਨ ਦਾਣੇਦਾਰ ਜਿਹੜਾ ਚਿੱਟਾ ਹਲਵਾ ਆਪਣਾ ਬਣ ਕੇ ਤਿਆਰ ਹੋ ਗਿਆ ਆ ਤੇ ਨਵੇਂ ਵੀਰ ਜਿਹੜੇ ਜੋੜਦੇ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਮੇਰੇ ਚੈਨਲ ਨੂੰ ਸਪੋਰਟ ਜ਼ਰੂਰ ਕਰੋ ਜੀ ਤੁਹਾਡੀ ਸਪੋਰਟ ਦੀ ਮੈਨੂੰ ਬਹੁਤ ਜ਼ਿਆਦਾ ਜ਼ਰੂਰਤ ਆ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿੱਦਾਂ ਦੀ ਲੱਗੀ ਆ ਤੁਹਾਡੀ ਸਪੋਰਟ ਦੇ ਨਾਲ ਹੀ ਚੈਨਲ ਨੇ ਅੱਗੇ ਵਧਣਾ ਆ ਤੁਹਾਡੀ ਸਪੋਰਟ ਦੇ ਨਾਲ ਹੀ ਮੇਰਾ ਹੌਸਲਾ ਵੱਧਦਾ ਆ ਤੇ ਜ਼ਰੂਰ ਕਮੈਂਟ ਕਰਕੇ ਦੱਸਿਆ ਕਰੋ ਦੇਖੋ ਜੀ ਹਲਵਾ ਆਪਣਾ ਤਿਆਰ ਹੋ ਗਿਆ ਆ ਤੇ ਪੂਰਾ ਆਪਾਂ ਘੱਟ ਸੇਕ ਦੇ ਉੱਤੇ ਪਕਾਇਆ ਤੇᱫੋ ਆਪਾਂ ਸੂਜੀ ਨੂੰ ਭੁੰਨੇ ਆ ਉਹਦੋਂ ਵੀ ਘੱਟ ਸੇਕ ਤੇ ਆਪਾਂ ਭੁੰਨੇ ਆ ਜਦੋਂ ਆਪਾਂ ਇਹਦੇ ਵਿੱਚ ਆਛਣੀ ਪਾਤੀ ਫਿਰ ਵੀ ਆਪਾਂ ਸੇਕ ਘੱਟੇ ਰੱਖਿਆ ਆ ਤੇ ਇਸ ਕਰਕੇ ਆਪਣਾ ਹਲਵਾ ਜਿਹੜਾ ਬਿਲਕੁਲ ਚਿੱਟਾ ਬਣਿਆ ਤੇ ਜੇ ਆਪਾਂ ਸੇਕ ਨੂੰ ਜ਼ਿਆਦਾ ਕਰ ਦੇ ਇੱਕ ਤਾਂ ਥੱਲੇ ਲੱਗ ਜਾਊਗਾ ਜਾਂ ਕਾਲਾ ਹੋ ਜਾਊਗਾ ਤੇ ਦੇਖੋ ਐਨ ਆਪਣਾ ਜਿਹੜਾ ਕੜਾਹੀ ਨੂੰ ਛੱਡ ਦਿੱਤਾ ਆ ਦੇਖੋ ਐਨ ਆਪਣਾ ਹਲਵਾ ਜਿਹੜਾ ਤਿਆਰ ਹੋ ਗਿਆ ਆ ਤੇ ਮੈਂ ਤੁਹਾਨੂੰ ਪਲੇਟਾਂ ਦੇ ਵਿੱਚ ਵੀ ਪਾ ਕੇ ਦਿਖਾ ਲ ਦੰਨੀ ਆ ਬਹੁਤ ਟੇਸਟੀ ਬਹੁਤ ਵਧੀਆ ਆਪਣਾ ਹਲਵਾ ਬਣ ਕੇ ਤਿਆਰ ਹੋ ਗਿਆ ਜੀ ਦੇਖੋ ਮੈਂ 5 ਕੋਲੀਆਂ ਦੇ ਵਿੱਚ ਪਾ ਲਿਆ ਆ ਬਹੁਤ ਸੋਹਣਾ ਹਲਵਾ ਬਣ ਕੇ ਤਿਆਰ ਹੋ ਗਿਆ ਵੀਡੀਓ ਦੇਖਣੇ ਧੰਨਵਾਦ ਸਸੇ ਕਾਲਜੀ ਸਾਰਿਆਂ ਨੂੰ ਸਪੋਰਟ ਕਰੋ